ਬਹੁਤ ਹੀ ਪਿਆਰ ਭਰੀ ਸਤਿ ਸ਼੍ਰੀ ਅਕਾਲ ਸਾਰੇ ਵਿਊਅਰਸ ਨੂੰ। ਤੁਸੀਂ ਜੁੜ ਚੁੱਕੇ ਇਸ ਟਾਈਮ ਮਨੂ ਅਰੋੜਾ ਦੇ ਨਾਲ ਫਗਵਾੜਾ ਪ੍ਰਾਈਮ ਟਾਈਮ ਟੀਵੀ ਮੰਚ ਤੇ। ਚੁਣਾਵ ਦਾ ਮਾਹੌਲ ਚੱਲ ਰਿਹਾ ਹੈ, ਪੰਜਵੇਂ ਚਰਨ ਕੇ ਚੁਣਾਵ ਕੱਲ੍ਹ ਹੋਣੇ ਜਾ ਰਹੇ ਹੈ, ਇਸਕੇ ਬਾਅਦ ਛੇਵਾਂ ਚਰਨ ਵੀ ਰਹਿਤਾ ਹੈ ਔਰ ਸਾਤਵਾਂ ਚਰਨ ਵੀ ਰਹਿਤਾ ਹੈ। ਹਮ ਆਪਕੋ ਬਤਾਨਾ ਚਾਹਤੇ ਹੈ ਕਿ ਪੰਜਾਬ ਮੇਂ ਚੁਣਾਵ ਸਾਤਵੇਂ ਚਰਨ ਮੇਂ 1 ਜੂਨ ਕੋ ਹੋਣੇ ਜਾ ਰਹੇ ਹੈ। ਸਭੀ ਰਾਜਨੀਤਿਕ ਪਾਰਟੀਓ ਮੇਂ ਮਾਹੌਲ ਗਰਮਾਇਆ ਹੁਆ ਹੈ। ਇਸ ਵਕਤ ਹਮ ਆਪਕੇ ਸਾਥ ਲੁਧਿਆਣਾ ਲੋਕ ਸਭਾ ਹਲਕੇ ਕੇ ਬਾਰੇ ਮੇਂ ਬਾਤ ਕਰਨੇ ਜਾ ਰਹੇ ਹੈਂ। ਸਿਮਰਜੀਤ ਸਿੰਘ ਬੈਂਸ ਜੋ ਕਿ ਲੋਕ ਇਨਸਾਫ਼ ਪਾਰਟੀ ਚਲਾ ਰਹੇ ਥੇ, ਉਹ ਇਸ ਵਕਤ ਕਾਂਗਰਸ ਮੇਂ ਸ਼ਾਮਿਲ ਹੋ ਚੁੱਕੇ ਹੈ। ਉਹਨੇ ਆਪਣੀ ਪਾਰਟੀ ਕੋ ਮਰਜ ਕਰ ਦਿਆ ਇੰਡੀਅਨ ਨੈਸ਼ਨਲ ਕਾਂਗਰਸ ਮੇਂ। ਉਧਰ ਜੋ ਕਾਂਗਰਸ ਪਾਰਟੀ ਕੋ ਰਮਨੀਤ ਬਿੱਟੂ ਸੰਭਾਲ ਰਹੇ ਥੇ, ਉਹ ਇਸ ਵਕਤ ਭਾਜਪਾ ਮੇਂ ਜਾ ਚੁੱਕੇ ਹੈ। ਭਾਜਪਾ ਨੇ ਉਹਨੇ ਆਪਣਾ ਲੋਕ ਸਭਾ ਉਮੀਦਵਾਰ ਨਾਲ ਐਲਾਨ ਦਿਆ ਹੈ ਲੁਧਿਆਣਾ ਸੇ, ਔਰ ਰਾਜਾ ਵੜਿੰਗ ਕਾਂਗਰਸ ਕੇ ਉਮੀਦਵਾਰ ਹੈ ਇਸ ਵਕਤ ਲੁਧਿਆਣਾ ਸੇ। ਇਸ ਵਕਤ ਹਮ ਆਪਕੋ ਬਤਾਨਾ ਚਾਹ ਰਹੇ ਹੈ ਕਿ ਸਿਮਰਜੀਤ ਸਿੰਘ ਬੈਂਸ ਜਿਨ੍ਹੋਂਨੇ ਕੁਛ ਹੀ ਦਿਨ ਪਹਿਲੇ ਆਪਣੀ ਪਾਰਟੀ ਕੋ ਮਰਜ ਕੀਆ ਹੈ ਕਾਂਗਰਸ ਮੇਂ, ਉਹਨੇ ਇੱਕ ਆਡੀਓ ਰਿਲੀਜ਼ ਕੀ ਹੈ ਜੋ ਉਨਕੀ ਔਰ ਰਮਨੀਤ ਬਿੱਟੂ ਕੀ ਆਪਸ ਕੀ ਟੈਲੀਫੋਨਿਕ ਕਨਵਰਸੇਸ਼ਨ ਹੈ, ਟੈਲੀਫੋਨ ਪੇ ਜੋ ਕਿ ਉਹਨੇ ਬਾਤ ਕੀਆ ਹੈ। ਉਨਕਾ ਕਹਿਣਾ ਹੈ, ਸਿਮਰਜੀਤ ਸਿੰਘ ਬੈਂਸ ਕਾ ਕਹਿਣਾ ਹੈ ਕਿ ਇਹ ਵੀਡੀਓ ਤਬ ਕੀ ਹੈ ਜਬ ਉਹਨੇ ਅਭੀ ਕਾਂਗਰਸ ਨਹੀਂ ਜੁਆਇਨ ਕੀ ਥੀ, ਜਬਕਿ ਰਮਨੀਤ ਬਿੱਟੂ ਭਾਜਪਾ ਜੁਆਇਨ ਕਰ ਚੁੱਕੇ ਥੇ। ਇਹ ਆਡੀਓ ਉਹਨੇ ਜੋ ਰਿਲੀਜ਼ ਕੀ ਹੈ, ਇਸਮੇਂ ਹਮ ਸੁਣ ਪਾ ਰਹੇ ਹਾਂ, ਅਭੀ ਹਮ ਆਪਕੋ ਵੀ ਸੁਣਾਏਂਗੇ ਵੋ ਆਡੀਓ, ਜਿਸਮੇਂ ਰਮਨੀਤ ਬਿੱਟੂ ਜੀ ਕੁਛ ਅਪਸ਼ਬਦ ਬੋਲ ਰਹੇ ਹੈ ਕਾਂਗਰਸ ਪਾਰਟੀ ਕੇ ਅਲੱਗ ਅਲੱਗ ਲੀਡਰਸ ਕੇ ਬਾਰੇ ਮੇਂ, ਔਰ ਸਿਰਫ ਕਾਂਗਰਸ ਕੇ ਲੀਡਰਸ ਮੇਂ ਨਹੀਂ ਕੇ ਬਾਰੇ ਮੇਂ ਨਹੀਂ ਬੋਲ ਰਹੇ, ਜਬਕਿ ਉਹ ਭਾਜਪਾ ਮੇਂ ਜਾ ਚੁੱਕੇ ਹੈ ਇਸ ਵਕਤ, ਉਹ ਭਾਜਪਾ ਕੇ ਲੀਡਰਸ ਕੇ ਬਾਰੇ ਮੇਂ ਬਾਤ ਕਰ ਰਹੇ ਹੈ। ਛਿਟਾਕਸ਼ੀ ਸ਼ੁਰੂ ਹੋ ਚੁੱਕੀ ਹੈ ਆਪਸ ਮੇਂ। ਸਿਮਰਜੀਤ ਸਿੰਘ ਬੈਂਸ ਖੁਦ ਨਹੀਂ ਖੜੇ ਹੋਏ ਹੈ ਅਭੀ ਕਾਂਗਰਸ ਕੀ ਤਰਫ ਸੇ, ਰਾਜਾ ਵੜਿੰਗ ਖੜੇ ਹੈ। ਸਿਮਰਨਜੀਤ ਸਿੰਘ ਬੈਂਸ ਜੋ ਕਿ ਕਾਂਗਰਸ ਪਾਰਟੀ ਜੁਆਇਨ ਕਰ ਚੁੱਕੇ ਹੈ, ਉਹ ਰਾਜਾ ਵੜਿੰਗ ਕਾ ਸਾਥ ਦੇ ਰਹੇ ਹੈ, ਔਰ ਇਸ ਛਿਟਾਕਸ਼ੀ ਮੇਂ ਕਿਆ ਨਿਕਲ ਕੇ ਆਤਾ ਹੈ, ਆਪ ਵੀ ਸੁਣੀਏ ਇਹ ਆਡੀਓ ਜੋ ਕਿ ਸਿਮਰਜੀਤ ਸਿੰਘ ਬੈਂਸ ਨੇ ਰਿਲੀਜ਼ ਕੀ ਹੈ ਆਪਣੇ ਫੇਸਬੁੱਕ ID ਪੇ, ਜੋ ਉਨਕੀ ਔਰ ਰਮਨੀਤ ਬਿੱਟੂ ਕੀ ਆਪਸ ਕੀ ਹੈ ਕਨਵਰਸੇਸ਼ਨ। ਹਮ ਇਸਕੀ ਪੁਸ਼ਟੀ ਨਹੀਂ ਕਰਦੇ, ਬਟ ਇਹ ਫੇਸਬੁੱਕ ID ਪੇ ਡਾਲੀ ਹੈ ਸਿਮਰਜੀਤ ਸਿੰਘ ਬੈਂਸ ਨੇ, ਔਰ ਕਾਫੀ ਚੈਨਲਸ ਕੋ ਉਸਨੇ ਇੰਟਰਵਿਊ ਵੀ ਦਿਆ, ਔਰ ਇੰਟਰਵਿਊ ਮੇਂ ਉਹਨੇ ਇਹ ਬਾਤ ਮਾਨੀ ਹੈ ਕਿ ਇਹ ਆਡੀਓ ਉਨ੍ਹੀਂ ਨੇ ਰਿਲੀਜ਼ ਕੀਆ। ਉਨਕਾ ਇਹ ਕਹਿਣਾ ਹੈ ਕਿ ਇਹ ਉਨਕੇ ਪਾਸ ਕਾਲ ਰਿਕਾਰਡਿੰਗ ਪੜੀ ਥੀ ਬਿੱਟੂ ਕੀ। ਸੁਣੀਏ ਰਮਨੀਤ ਬਿੱਟੂ ਕੈਸੇ ਗਿੜਗਿੜਾ ਰਹੇ ਹੈ ਇਸ। ਸਤਿ ਸ਼੍ਰੀ ਅਕਾਲ ਸਰ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਬਿੱਟੂ ਜੀ। ਸਰ ਮੈਂ ਤਾਂ ਚਲਾ ਗਿਆ, ਮੈਂ ਫੋਨ ਰੋਜ਼ ਇਸੇ ਕਰਕੇ ਕਰਦਾ ਸੀ ਵੀ ਕੱਲ ਤੁਹਾਡਾ ਫੋਨ ਆਇਆ ਜਦ ਕੁਛ ਹੈ, ਇਹਨਾਂ ਨੇ ਨਹੀਂ ਹੋਣ ਦੇਣਾ। ਇਹ ਮੈਂ ਜਦੋਂ ਰੋਜ਼ ਮੈਂ ਕਰਾਉਂਦਾ ਸੀ ਨਾ ਜੀ, ਮੈਂ ਤਾਂ ਕੋਈ ਗੱਲ ਦੱਸਦਾ ਨਹੀਂ ਸੀ ਕਦੇ ਜੀ, ਬਈ ਆਪਣੇ ਆਪ ਮੈਂ ਜਦੋਂ ਮੈਂ ਰੋਕਦਾ ਸੀ ਰੋਜ਼ ਵੀ ਮੈਨੂੰ ਟਿਕਟ ਮਿਲ ਜਾਣ ਦੋ ਮੈਂ ਚੁੱਪ। ਇਹ ਤਾਂ ਬਹੁਤ ਤੰਗ ਦਿਲੀ ਵਾਲੇ ਆ ਬਾਜਵਾ ਤੇ ਰਾਜਾ ਸਿੰਘ, ਇਹ ਆਸ਼ੂ, ਇਹ ਮੈਨੂੰ ਪਤਾ ਸੀ ਵੀ ਇਹਨਾਂ ਨੇ ਕੀ ਕਰਨਾ, ਮੈਂ ਚੁੱਪ ਕਰਕੇ ਮੈਂ ਤੁਹਾਨੂੰ ਤਾਂ ਹੀ ਚੁੱਪ ਵੀ ਤੁਸੀਂ ਮੈਨੂੰ ਕੈਂਡੀਡੇਟ ਅਨਾਊਂਸ ਹੋਣ ਦਿਓ, ਕੈਂਡੀਡੇਟ ਅਨਾਊਂਸ ਰੌਲਾ ਨਹੀਂ ਪਾਉਣਾ। ਬਿਲਕੁਲ, ਮੈਂ ਜਦੋਂ ਕੈਂਡੀਡੇਟ ਅਨਾਊਂਸ ਹੋਣਾ ਮੈਂ ਚੁੱਪ ਕਰਕੇ, ਇਹਨਾਂ ਨੇ ਕੁਛ ਨਹੀਂ ਕਰ ਸਕਣਾ, ਫਿਰ ਮੈਂ ਉੱਥੋਂ ਚੁੱਪ ਕਰਕੇ ਕਰਕੇ ਲਿਆਊਂਗਾ। ਇਹ ਤਾਂ ਇਹ ਕਿਤੇ ਜਰਦੇ ਆ, ਇਹ ਤਾਂ ਪਹਿਲਾਂ ਕਹਿੰਦੇ ਆ ਵੀ ਜੀ ਕਿ ਉੱਥੇ ਜੀ ਖਹਿਰਾ ਬੈਠਾ, ਉੱਥੇ ਸਿੱਧੂ ਬੈਠਾ, ਉੱਥੇ
ਜਦੋਂ ਮੈਂ ਗੰਨਾ ਹਜੇ ਤੋਰਦਾ ਹੀ ਸੀ, ਲਜੇ ਬੈਂਸ ਆ ਗਿਆ ਜੀ, ਫਿਰ ਆਪਣੇ ਪੱਲੇ ਕੀ ਰਹੂਗਾ? ਵਾਹਿਗੁਰੂ ਜੀ, ਮਤਲਬ ਇਹ ਤਾਂ ਇਹ ਥੜੇ ਉਹ ਕਮਜ਼ੋਰ ਬੰਦੇ ਨੇ। ਉਦਣ ਮੈਂ ਵੀ ਦੁਖੀ ਹੋ ਕੇ ਮੈਂ ਇਸੇ ਕਰਕੇ ਮੈਂ ਕਿਹਾ ਛੱਡੋ ਯਾਰ, ਇਹ ਤਾਂ ਮਤਲਬ ਕੁਛ ਫੈਸਲਾ ਹੀ ਨੀ ਕਰਨ ਦਿੰਦੇ, ਕੋਈ ਗੱਲ ਕਰ ਨਹੀਂ ਦਿੰਦੇ ਸਾਲੇ ਜਦੋਂ ਮੌਕਾ ਮਿਲਿਆ। ਤੁਸੀਂ ਭਾਜੀ ਮੈਂ ਕੁਛ ਨੀ ਕਹਿਣਾ, ਹੁਣ ਤੁਸੀਂ ਆਪਣਾ ਇਹਨਾਂ ਦੇ ਇਹਨਾਂ ਮੈਂ ਇਹ ਨੀ ਕਹਿੰਦਾ ਵੀ ਟਿਕਟ ਮਿਲਦੀ ਆ ਨਹੀਂ ਮਿਲਦੀ ਨਾ ਮਿਲਦੀ, ਮੈਂ ਤਾਂ ਇਹੀ ਕਹਿੰਦਾ ਵੀ ਇਹਨਾਂ ਦੇ ਪੱਲੇ ਕੱਖ ਨੀ ਪੈਣ ਚੁੱਕਾ ਦੇ ਰਿਹਾ। ਤੁਸੀਂ ਤੁਸੀਂ ਮੈਂ ਨੀ ਕਹਿੰਦਾ, ਤੁਸੀਂ ਮਨ ਬਣਾਓ ਬਸ ਹਜੇ। ਲੋਕਲ ਨੂੰ ਬਾਹਰ ਹੋ ਤੁਸੀਂ ਅੱਜ? ਨਹੀਂ ਮੈਂ ਉਰੇ, ਮੈਂ ਲੋਕਲ ਹਾਂ, ਮੈਂ ਲੋਕਲ ਹਾਂ, ਮੈਂ ਆਪਾਂ ਮਿਲ ਲੈਂਦੇ ਹਾਂ ਬਾਅਦ ਦੁਪਹਿਰ ਫਿਰ ਫੋਨ ਕਰਦਾ ਤੁਹਾਨੂੰ ਮੈਂ। ਹਾਂ ਇਹ ਇਹ ਨਾ ਭਾਜੀ ਮੈਨੂੰ ਇੱਥੇ ਵੀ ਮੈਂ ਸਾਰਾ ਪਤਾ ਕੀਤਾ ਪਹਿਲਾਂ ਪਹਿਲੇ ਦਿਨ ਤੋਂ ਜੀ ਵੀ ਕੀ ਤੁਹਾਨੂੰ ਰੋਕਦੇ ਰਹੇ ਆ, ਕੌਣ ਕੀ ਕਰਦਾ ਰਿਹਾ, ਪਰਮਿੰਦਰ ਬਰਾੜ ਕੀ ਕਰਦਾ ਰਿਹਾ, ਬਾਕਟ ਜਾਖੜ ਕੀ ਕਰਦਾ ਰਿਹਾ, ਇਹ ਸੇਮ ਹੀ ਸਥਿਤੀ ਕਾਂਗਰਸ ਵਾਲੀ ਹੈ। ਅੱਛਾ ਸਾਡਾ ਸਾਰੇ ਪਾਸੇ ਇਹੀ ਮਾਹੌਲ ਆ ਨਾ, ਬੈਂਸ ਪਾਸ ਤੇ ਪਤਾ ਨਹੀਂ ਕੀ ਚੱਕਰ ਆ ਸਾਡਾ। ਡਰਦੇ ਡਰਦੇ ਨੇ ਬਸ, ਹੋਰ ਇਹਨਾਂ ਨੂੰ ਕੀ ਆ? ਦੱਸੋ ਯਾਰ, ਜੇ ਪਾਰਟੀ ਤਾਕਤਵਰ ਆ, ਸੰਗਠਨ ਤਾਕਤਵਰ ਆ, ਤਾਂ ਸਾਰੇ ਤਾਕਤਵਰ ਆ। ਹਾਂ ਵੀ ਬੈਂਸ ਆ ਗਿਆ, ਉਹ ਸਾਡੀ ਦੁਕਾਨ ਬੰਦ ਹੋ ਜੂ ਸਾਲੇ, ਉਹ ਤੁਹਾਡੀ ਦੁਕਾਨ ਡਬਲ ਹੋਊ ਕਿ ਬੰਦ ਹੋਊ, ਆਪਣਾ ਆਪਣੇ ਦੇਣਾ ਆਪਣਾ। ਹਾਂ ਬਿਲਕੁਲ, ਮੱਥੇ ਦੀ ਤਕਦੀਰ ਹੱਥ ਦੀ ਲਕੀਰ ਕੋਈ ਨੀ ਮੇਟ ਸਕਦਾ ਬਿੱਟੂ ਜੀ, ਮਿਲਣੀ ਮਿਲਣੀ। ਮੈਂ ਕਈ ਗੱਲਾਂ, ਮੈਨੂੰ ਕੀ ਮਾੜਾ ਲੱਗਦਾ ਸੀ, ਇੱਕ ਨਾ ਮੈਂ ਚੁੱਪ ਕਰਕੇ ਬੈਠਾ ਸੀ ਵੀ ਇਹਨਾਂ ਨੇ ਉਦੋਂ ਪਹਿਲਾਂ ਉਹ ਹਾਹਾਕਾਰ ਮਚਾਉਣਾ ਹੈ ਜੇ ਇਹਨਾਂ ਨੂੰ ਭਿੜਕ ਪੈ ਗਈ ਵੀ ਰਾਹ ਨਾ ਦੇਈਏ ਕਿਸੇ ਨੂੰ ਵੀ, ਨਾ ਰਾਜੇ ਨੂੰ ਨਾ ਬਾਜਵੇ ਨੂੰ, ਚੁੱਪ ਕਰਕੇ ਜਦੋਂ ਮੈਨੂੰ ਟਿਕਟ ਮਿਲਦੀ ਮੈਂ ਤਾਂ ਹੀ ਕਰਕੇ ਨੀ ਗੱਲ ਕਰਦਾ ਸੀ ਕਿਸੇ ਨਾਲ, ਵੀ ਇਹਨਾਂ ਨੇ ਤਾਂ ਅੱਗ ਲੱਗ ਜਾਣੀ, ਉਹ ਆ ਗਿਆ ਸੀਐਮ ਬਣ ਗਿਆ ਸੀਐਮ, ਉਹੀ ਉਹੀ ਸੀਐਮ ਬਣਨ ਨੂੰ ਇੱਥੇ ਜਿਹੜੀ ਆ। ਹੁਣ ਮੈਨੂੰ ਰੋਜ਼ ਦੇਖੋ, ਰੋਜ਼ ਮੈਨੂੰ ਟੈਲੀਫੋਨ ਕਰਦਾ ਮਹਾਂ ਮੰਤਰੀ ਆ ਜਿਹੜਾ ਸ਼੍ਰੀ ਨਿਵਾਸਲੂ, ਅੱਜ ਦਾ ਨੀ ਨਾਲੇ ਮੇਰੀ ਤੁਹਾਡੇ ਨਾਲ ਕੋਈ ਗੱਲ ਹੀ ਨੀ ਹੋਈ, ਅਰੇ ਭਾਈ ਬੈਂਸ ਕੋ ਜੁਆਇਨ ਕਰਵਾਉਣਾ ਹੈ। ਮੈਂ ਕਿਹਾ ਜੀ ਤੁਸੀਂ ਨਾ ਮਹਾਂ ਮੰਤਰੀ ਹੋ, ਤੁਹਾਨੂੰ ਨਹੀਂ ਨਹੀਂ ਉਹ ਜਾਖੜ ਹੈ ਨਾ, ਜੋ ਜਾਖੜ ਉਹ, ਮੈਂ ਕਿਹਾ ਜੀ ਮੈਨੂੰ ਉਦਣ ਦਾ, ਮੈਂ ਕਿਹਾ ਜੀ ਤੁਸੀਂ ਜਾਖੜ ਜੁਖੜ ਨੂੰ ਛੱਡੋ, ਹੁਣ ਮੈਂ ਆ ਗਿਆ, ਮੈਂ ਆਪਣੇ ਆਪ ਇਹ ਕੰਮ ਮੇਰੇ ਤੇ ਛੱਡੋ, ਤੁਸੀਂ ਮਹਾਂ ਮੰਤਰੀ ਕੈਂਡੀਡੇਟ ਹੋ ਕੇ ਤੁਸੀਂ ਨਹੀਂ ਕਰਾ ਸਕਦੇ, ਤੁਸੀਂ ਕਰਦੇ ਕੀ ਹੋ? ਹਾਂਜੀ, ਤੇ ਤੁਸੀਂ, ਮੈਂ ਤੁਹਾਨੂੰ ਦੇਖੋ, ਮੈਂ ਇੱਕ ਇਹ ਕੁਛ ਕਹਿਣ ਜੋਗਾ ਹੀ ਨਹੀਂ ਰਿਹਾ ਹੋਇਆ। ਖੈਰ ਮੈਂ ਤਾਂ ਤੁਹਾਨੂੰ ਜਦੋਂ ਮੈਂ ਆਪ ਹੀ ਉਧਰੋਂ ਇੱਧਰ ਚਲਾ ਗਿਆ। ਹਾਂ ਚਲੋ, ਪਰ ਭਾਜੀ ਇੱਕ ਗੱਲ ਮੈਂ ਤੁਹਾਨੂੰ ਦੱਸਦਾ। ਹਾਂਜੀ, ਇਹਦਾ ਜੇ ਕੋਈ ਨਕਲੀ ਪੱਗ ਵੀ ਬੰਨ ਕੇ ਚਲੇ ਜਾਵੇ ਨਾ, ਇਹਦਾ ਤਾਂ ਵੀ ਉਹਨੂੰ ਪ੍ਰਾਈਮ ਮਿਨਿਸਟਰ ਉਹਨੂੰ ਜੱਫੀਆਂ ਪਾਈ ਜਾਂਦੇ ਨੇ, ਤਾਂ ਹਾਲਾਤ ਇਹ ਨੇ ਉੱਥੇ। ਤੁਸੀਂ ਜੇ ਮੈਂ ਪਹਿਲਾਂ ਵੀ ਮੈਂ ਧੋਸਾ ਇੱਕ ਵਾਰ ਜੇ ਟੁੱਟਿਆ ਇੱਕ ਵਾਰ ਹੋਰ ਕਰਕੇ ਦੇਖੋ, ਦੁਪਹਿਰੋਂ ਬਾਅਦ ਫਿਰ ਤੁਹਾਡੇ ਕੋਲ ਇਹਦੇ ਬਾਅਦ ਤੁਹਾਨੂੰ ਫੋਨ ਕਰਦਾ, ਆਪਾਂ ਫਿਰ ਕਿਤੇ 10 ਮਿੰਟ ਸੀਕ੍ਰੇਟਲੀ ਬੈਠ ਕੇ ਲਾਉਂਦੇ ਹਾਂ ਇਕੱਲੇ ਇਕੱਲੇ ਇਕੱਲੇ। ਹਾਂਜੀ ਬਿਲਕੁਲ।